ਹੈਲੋ ਜੀ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਨਮਸਤੇ ਜੀ ਸਾਰਿਆਂ ਨੂੰ। ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਔਰ ਤੰਦਰੁਸਤੀ ਦੀ ਨਿਸ਼ਾਨੀ ਗ੍ਰੀਨ ਟੀ ਮੈਂ ਵੀ ਬਣਾਉਣ ਲੱਗੀ ਹੋਈ ਹਾਂ। ਅੱਜ ਮੈਂ ਪੀਣ ਲੱਗੀ ਹਾਂ ਜੀ ਗ੍ਰੀਨ ਟੀ। ਡਾਕਟਰ ਸਾਹਿਬ ਚਲੇ ਗਏ ਆ ਆਪਣਾ ਬ੍ਰੇਕਫਾਸਟ ਫਰੂਟਸ ਦਾ ਕਰਕੇ। ਗ੍ਰੀਨ ਟੀ ਮੇਰੀ ਬਣ ਗਈ ਹੈ ਜੀ, ਪਾਈ ਆਪਾਂ ਆਪਣੇ ਕੱਪ ਦੇ ਵਿੱਚ ਅਤੇ ਬੈਠ ਕੇ ਹੁਣ ਪੀਵਾਂਗੀ ਮੈਂ, ਅਤੇ ਨਾਲ ਥੋੜ੍ਹਾ ਬਹੁਤਾ ਬਿਸਕੁਟ ਵਗੈਰਾ ਖਾਵਾਂਗੀ। ਪਿੱਛੇ ਦੇਖ ਰਹੇ ਹੋ ਜੀ ਮੈਂ ਕੱਪੜੇ ਧੋ ਕੇ ਸੁੱਕਣੇ ਪਾ ਦਿੱਤੇ ਹੈ। ਸਵੇਰ ਦਾ ਟਾਈਮ ਹੈਗਾ ਏ ਅਤੇ 11 ਵਜੇ ਹੋਏ ਆ, ਅਤੇ ਕੱਪੜੇ ਵੈਸੇ ਮੈਂ ਧੋ ਦਿੱਤੇ ਹੈ। ਚਲੋ ਜੀ, ਅੱਜ ਮੈਂ ਨਾ ਲੰਚ ਦੇ ਵਿੱਚ ਅਰਬੀ ਬਣਾਵਾਂਗੀ, ਅਤੇ ਚਲੋ ਪਹਿਲਾਂ ਇਹਨੂੰ ਮੈਂ ਛਿੱਲ ਲਵਾਂ। ਲਓ ਜੀ, ਅਰਬੀ ਮੈਂ ਛਿੱਲ ਕੇ ਨਾ ਲੰਬੇ ਲੰਬੇ ਟੁਕੜੇ ਕਰ ਲਏ। ਇੱਧਰ ਮੈਂ ਕੜਾਹੀ ਦੇ ਵਿੱਚ ਧਰ ਦਿੱਤਾ ਜੀ ਤੇਲ, ਅਤੇ ਇਹਦੇ ਵਿੱਚ ਨਾ ਮੈਂ ਹੁਣ ਇਹਨਾਂ ਨੂੰ ਪਹਿਲਾਂ ਤਲਾਂਗੀ। ਸਾਰੀ ਅਰਬੀ ਆਪਾਂ ਇਹਦੇ ਵਿੱਚ ਤਲ ਲੈਣੀ ਹੈ। 50-60% ਆਪਾਂ ਇਹਨੂੰ ਮਤਲਬ ਫਰਾਈ ਕਰਾਂਗੇ, ਅਤੇ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਤੜਕਾ ਲਗਾਵਾਂਗੀ। ਲਓ ਜੀ, ਆਪਣੀ ਅਰਬੀ ਨਾ ਫਰਾਈ ਹੋ ਚੁੱਕੀ ਜਿੰਨੀ ਕੁ ਆਪਾਂ ਨੂੰ ਚਾਹੀਦੀ ਸੀਗੀ, ਅਤੇ ਇਹਨੂੰ ਆਪਾਂ ਸਾਰੀ ਅਰਬੀ ਬਾਹਰ ਕੱਢ ਲਵਾਂਗੇ, ਅਤੇ ਉਸ ਤੋਂ ਬਾਅਦ ਕਰਦੇ ਹਾਂ ਜੀ ਫਿਰ ਤੜਕਾ ਤਿਆਰ। ਤੜਕੇ ਵਿੱਚ ਆਪਾਂ ਜੀ ਲਸਣ, ਪਿਆਜ਼, ਅਦਰਕ ਅਤੇ ਟਮਾਟਰ ਲਏ ਨੇ, ਪਹਿਲਾਂ ਇਹਨਾਂ ਦਾ ਆਪਾਂ ਪੇਸਟ ਬਣਾਵਾਂਗੇ। ਅਤੇ ਇੱਧਰ ਆਪਣਾ ਤੇਲ ਹੋ ਗਿਆ ਜੀ ਗਰਮ, ਪੇਸਟ ਮੈਂ ਬਣਾ ਲਿਆ ਸੀ। ਪਹਿਲਾਂ ਆਪਾਂ ਪਾ ਲਿਆ ਜੀ ਇਹਦੇ ਵਿੱਚ ਜੀਰਾ, ਅਤੇ ਥੋੜ੍ਹੀ ਜਿਹੀ ਮੈਂ ਪਾਈ ਹੈ ਮੇਥੀ ਦਾਣਾ, ਥੋੜ੍ਹਾ ਜਿਹਾ ਆਪਾਂ ਨੇ ਇਹਦੇ ਵਿੱਚ ਅਜਵੈਣ ਪਾਈ ਹੈ, ਅਤੇ ਲਸਣ ਅਦਰਕ ਦਾ ਪੇਸਟ ਪਾ ਕੇ ਥੋੜ੍ਹਾ ਜਿਹਾ ਆਪਾਂ ਇਹਨੂੰ ਫਰਾਈ ਕਰਾਂਗੇ। ਉਸ ਤੋਂ ਬਾਅਦ ਪਾਉਂਦੇ ਹਾਂ ਜੀ ਪਿਆਜ਼ ਦਾ ਪੇਸਟ, ਅਤੇ ਹੁਣ ਪਾਵਾਂਗੇ ਜੀ ਆਪਾਂ ਹਿੰਗ, ਕਿਉਂਕਿ ਇਹਨਾਂ ਦੇ ਵਿੱਚ ਇੱਦਾਂ ਦੇ ਮਸਾਲੇ ਵਗੈਰਾ ਪਾਉਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ। ਜਿਹੜੀ ਅਰਬੀ ਹੈ ਨਾ ਬਹੁਤ ਬੈਵਾਦੀ ਵਾਲੀ ਹੁੰਦੀ ਹੈ। ਪਿਆਜ਼ ਪਾ ਦਿੱਤਾ ਜੀ, ਕਰਦੇ ਹਾਂ ਆਪਾਂ ਚੰਗੀ ਤਰ੍ਹਾਂ ਹੁਣ ਇਹਨੂੰ ਫਰਾਈ, ਅਤੇ ਉਸ ਤੋਂ ਬਾਅਦ ਟਮਾਟਰ ਦਾ ਪੇਸਟ ਪਾਵਾਂਗੀ। ਓਹੋ, ਮੇਰਾ ਤੜਕਾ ਜੀ ਥੋੜ੍ਹਾ ਜਿਹਾ ਜ਼ਿਆਦਾ ਹੀ ਸੜ ਚੱਲਿਆ, ਛੇਤੀ ਛੇਤੀ ਮੈਂ ਲੂਣ ਮਿਰਚ ਪਾ ਕੇ ਵਿੱਚ ਟਮਾਟਰ ਦਾ ਪੇਸਟ ਪਾਉਂਦੀ ਹਾਂ, ਕਿਉਂਕਿ ਨਾ ਤੜਕਾ ਮੇਰਾ ਥੋੜ੍ਹਾ ਜਿਹਾ ਜਲ ਗਿਆ ਏ। ਓਹੋ, ਮਸਾਲੇ ਜਿਹੜੇ ਸੀਗੇ ਉਹ ਜ਼ਿਆਦਾ ਸੜ ਗਏ ਨੇ। ਚਲੋ ਕੋਈ ਨਹੀਂ, ਦੇਖਦੇ ਹਾਂ ਟੇਸਟ ਕਿੱਦਾਂ ਦਾ ਬਣੂਗਾ। ਹੁਣ ਆਪਾਂ ਮਸਾਲੇ ਨੂੰ ਬਹੁਤਾ ਜ਼ਿਆਦਾ ਸੇਕ ਨਹੀਂ ਲਵਾਉਣਾ ਹੈਗਾ, ਪਹਿਲਾਂ ਹੀ ਮਸਾਲਾ ਸੜ ਗਿਆ ਏ। ਅਤੇ ਚਲੋ ਇਹਦੇ ਵਿੱਚ ਹੁਣ ਆਪਾਂ ਇੱਥੇ ਅਰਬੀ ਪਾ ਦੇਣੀ ਹੈ ਹੁਣੇ ਹੀ। ਮਸਾਲਾ ਤਾਂ ਵੈਸੇ ਆਪਣਾ ਤਿਆਰ ਹੀ ਹੈ, ਅਤੇ ਚਲੋ ਇਹਦੇ ਵਿੱਚ ਪਾਉਂਦੇ ਜੀ ਆਪਾਂ ਅਰਬੀ। ਹਰੀਆਂ ਮਿਰਚਾਂ ਮੈਂ ਹੁਣ ਪਾ ਰਹੀ ਹਾਂ, ਪਹਿਲਾਂ ਭੁੱਲ ਗਈ ਹਰੀਆਂ ਮਿਰਚਾਂ ਪਾਉਣੀਆਂ। ਅੱਜ ਮੇਰਾ ਕੰਮ ਥੋੜ੍ਹਾ ਜਿਹਾ ਕਾਹਲੀ ਕਾਹਲੀ ਦਾ ਹੋ ਰਿਹਾ ਏ, ਇਸ ਕਰਕੇ ਸਾਰੀ ਗੜਬੜ ਜੀ ਹੋਈ ਜਾ ਰਹੀ ਹੈ। ਚਲੋ ਪਾਉਂਦੇ ਜੀ ਆਪਾਂ ਇਹਦੇ ਵਿੱਚ ਹੁਣ ਅਰਬੀ ਫਰਾਈ ਕੀਤੀ ਹੋਈ, ਅਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ, ਕਿਉਂਕਿ ਆਪਾਂ ਨੇ ਜਿਹੜੀ ਅਰਬੀ ਹੈ ਉਹ ਤਰੀ ਵਾਲੀ ਬਣਾਉਣੀ ਹੈ। ਡਾਕਟਰ ਸਾਹਿਬ ਨੂੰ ਨਹੀਂ ਸੁੱਕੀ ਪਸੰਦ ਹੈਗੀ,
ਇਸ ਕਰਕੇ ਮੈਂ ਜ਼ਿਆਦਾਤਰ ਤਰੀ ਵਾਲੀ ਉਹ ਬਣਾਉਂਦੀ ਨਾ, ਸੁੱਕੀ ਅਰਬੀ ਦੇ ਨਾਲ ਕਹਿ ਦਿੰਦੇ ਨੇ ਰੋਟੀ ਨਹੀਂ ਚੰਗੀ ਤਰ੍ਹਾਂ ਖਾਧੀ ਜਾਂਦੀ ਹੈਗੀ। ਇਸ ਕਰਕੇ ਮੈਂ ਪਾਣੀ ਪਾਵਾਂਗੀ ਅਤੇ ਗ੍ਰੇਵੀ ਵਾਲੀ ਆਪਾਂ ਬਣਾਵਾਂਗੇ ਅਰਬੀ, ਬਹੁਤ ਟੇਸਟੀ ਬਣਦੀ ਹੈ ਵੈਸੇ, ਮੈਨੂੰ ਵੀ ਹੁਣ ਵਧੀਆ ਲੱਗਣ ਲੱਗ ਗਈ ਹੈ। ਅਤੇ ਹੁਣ ਮੈਂ ਗੁੰਨਦੀਆਂ ਜੀ ਆਟਾ, ਇਹ ਮੈਂ ਰਾਜਗੀਰਾ ਆਟਾ ਜਿਹੜਾ ਹੈਗਾ ਉਹ ਲਵਾਂਗੀ। ਮਿਕਸ ਆਟੇ ਦੀਆਂ ਮੈਂ ਰੋਟੀਆਂ ਬਣਾਵਾਂਗੀ, ਮੈਂ ਮੰਗਾਇਆ ਸੀਗਾ ਇਹ ਰਾਜਗੀਰਾ ਦਾ, ਅਤੇ ਜਵਾਰ ਦਾ ਆਟਾ, ਮੱਕੀ ਦਾ ਆਟਾ ਅਤੇ ਥੋੜ੍ਹਾ ਜਿਹਾ ਮੈਂ ਕਣਕ ਦਾ ਆਟਾ ਪਾ ਕੇ ਮਿਕਸ ਆਟੇ ਦੀਆਂ ਰੋਟੀਆਂ ਬਣਾਵਾਂਗੀ ਅੱਜ। ਲਓ ਜੀ ਆਪਾਂ ਆਟਾ ਆਪਣਾ ਗੁੰਨ ਲਿਆ, ਅਤੇ ਇੱਧਰ ਮੇਰੀ ਸਬਜ਼ੀ ਵੀ ਬਣ ਗਈ ਹੈ, ਸਬਜ਼ੀ ਮੇਰੀ ਬਣ ਗਈ ਹੈ। ਅਤੇ ਹੁਣ ਮੈਂ ਪਾਵਾਂਗੀ ਜੀ ਇਹਦੇ ਵਿੱਚ ਅੱਧਾ ਕੁ ਚਮਚ ਮਲਾਈ ਦਾ ਪਾਵਾਂਗੀ, ਫਰੈਸ਼ ਮਲਾਈ ਜਿਹੜੀ ਹੈਗੀ ਆਪਣੀ ਘਰ ਦੀ, ਅਤੇ ਇਹਦੇ ਨਾਲ ਇਹਦਾ ਟੇਸਟ ਬਹੁਤ ਹੀ ਵਧੀਆ ਹੋਊਗਾ, ਜਿਵੇਂ ਪਨੀਰ ਦੀ ਗ੍ਰੇਵੀ ਨਹੀਂ ਹੁੰਦੀ ਉਸ ਤਰ੍ਹਾਂ ਦਾ ਟੇਸਟ ਬਣ ਜਾਣਾ ਇਹਦਾ, ਅਤੇ ਨਾਲੇ ਇਹਦਾ ਜਿਹੜਾ ਬੈਲੈਂਸ ਜਿਹਾ ਬਣ ਜਾਂਦਾ ਮਸਾਲੇ ਜਿਹੜਾ ਪਾਏ ਹੋਏ ਨੇ ਆਪਾਂ ਨੇ, ਅਤੇ ਜ਼ਿਆਦਾ ਆਪਾਂ ਨੂੰ ਤਿੱਖੇ ਜਿਹੇ ਮਸਾਲੇ ਨਹੀਂ ਲੱਗਣਗੇ, ਅਤੇ ਬਹੁਤ ਹੀ ਟੇਸਟੀ ਬਣ ਜਾਂਦੀ ਹੈ ਇਹਦੇ ਨਾਲ ਸਬਜ਼ੀ ਫਿਰ। ਲਓ ਜੀ ਆਪਾਂ ਨੇ ਆਟਾ ਤਾਂ ਗੁੰਨ ਕੇ ਰੱਖ ਲਿਆ ਸੀ, ਅਤੇ ਹੁਣ ਮੈਂ ਲੱਗੀ ਹਾਂ ਜੀ ਰੋਟੀ ਬਣਾਉਣ। ਰੋਟੀ ਮੈਂ ਹੱਥ ਨਾਲ ਹੀ ਬਣਾ ਰਹੀ ਹਾਂ ਜੀ, ਪਾਣੀ ਹੱਥੀ ਹਾਂ, ਕਿਉਂਕਿ ਮਿਕਸ ਆਟਾ ਹੈਗਾ ਇਹਨੂੰ ਵੇਲਿਆ ਤਾਂ ਜਾਣਾ ਹੈ ਨਹੀਂ ਸੀ, ਇਸ ਕਰਕੇ ਮੈਂ ਹੱਥ ਨਾਲ ਹੀ ਰੋਟੀ ਬਣਾ ਰਹੀ ਹਾਂ।
ਦੇਖੋ ਜੀ, ਸਬਜ਼ੀ ਆਪਣੀ ਬਣ ਗਈ ਹੈ, ਬਹੁਤ ਹੀ ਟੇਸਟੀ ਬਣੀ ਹੈ ਸਬਜ਼ੀ, ਔਰ ਦੇਖਣ ਨੂੰ ਵੀ ਦੇਖੋ ਜੀ ਬਹੁਤ ਵਧੀਆ ਲੱਗ ਰਹੀ ਹੈ। ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਜੀ ਮੈਂ ਨਹਾ ਕੇ ਆ ਗਈ ਹਾਂ, ਹੁਣ ਮੈਂ ਲੱਗਦਿਆਂ ਖਾਣ, ਰੋਟੀ ਭੁੱਖ ਬਹੁਤ ਲੱਗੀ ਹੋਈ ਹੈ। ਦੇਖੋ ਜੀ ਆ ਜਾਓ ਜੀ, ਜਿਨ੍ਹਾਂ ਜਿਨ੍ਹਾਂ ਨੇ ਵੀ ਖਾਣੀ ਆ ਰੋਟੀ, ਬਹੁਤ ਹੀ ਟੇਸਟੀ ਟੇਸਟੀ ਸਬਜ਼ੀ। ਲਓ ਜੀ ਡਾਕਟਰ ਸਾਹਿਬ ਵੀ ਆ ਗਏ, ਉਹਨਾਂ ਨੂੰ ਵੀ ਮੈਂ ਰੋਟੀ ਪਾ ਕੇ ਦੇ ਦਿੱਤੀ ਹੈ। ਪਾਣੀ ਪਾਣੀ ਸਬਜ਼ੀ ਖਾ ਕੇ ਦੇਖੋ ਕਿੰਨੇ ਸਵਾਦ ਹੈ, ਰੋਟੀ ਵੀ ਬਹੁਤ ਸਵਾਦ ਲੱਗ ਰਹੀ ਹੈ। ਸਹੀ ਗੱਲ ਹੈ, ਮਿਕਸ ਰੋਟੀ ਬਣਾਈ ਹੈ ਮੈਂ ਅੱਜ, ਤਿੰਨ ਚਾਰ ਆਟੇ ਪਾ ਕੇ, ਸਵਾਦ ਹੈ ਨਾ ਸਬਜ਼ੀ। ਸਬਜ਼ੀ ਬਹੁਤ ਸਵਾਦ ਹੈ, ਮੈਨੂੰ ਤਾਂ ਬਹੁਤ ਸਵਾਦ ਲੱਗੀ ਹੈ। ਤੁਸੀਂ ਸੁੱਕੀ ਨਹੀਂ ਨਾ ਖਾਂਦੇ, ਮੈਂ ਤਾਂ ਨਹੀਂ ਸੁੱਕੀ ਬਣਾਉਂਦੀ ਹੈਗੀ, ਸੁੱਕੀ ਨਹੀਂ ਵਧੀਆ ਲੱਗਦੀ, ਨਹੀਂ ਤਾਂ ਮੈਂ ਸੁੱਕੀ ਵੀ ਬਣਾ ਸਕਦੀ ਹਾਂ। ਮੈਨੂੰ ਤਾਂ ਵੈਸੇ ਸੁੱਕੀ ਵੀ ਸਵਾਦ ਲੱਗਦੀ ਹੈ, ਤੁਸੀਂ ਨਹੀਂ ਨਾ ਖਾਂਦੇ, ਤੁਸੀਂ ਤਰੀ ਵਾਲੀ ਖਾਂਦੇ ਹੋ। ਚਲੋ ਓਕੇ ਜੀ, ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ, ਨੈਕਸਟ ਵਲੌਗ ਵਿੱਚ ਆਪਾਂ ਫਿਰ ਮਿਲਾਂਗੇ ਜੀ। ਪਰਮਾਤਮਾ ਸਾਰਿਆਂ ਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ੇ।